ਰੱਬ ਏਡਾ ਮਾੜਾ ਦਿਨ ਕਿਸੇ ਨੂੰ ਨਾ ਦਿਖਾਏ ਕਿ ਜਿੱਥੇ ਵਿਆਹ ਵਾਲੇ ਘਰ ਦੇ ਵਿੱਚ ਹੀ ਕੀਰਨੇ ਪੈ ਰਹੇ ਨੇ। ਦਰਅਸਲ ਘਰ ਦੇ ਵਿੱਚ ਕੁੜੀ ਦਾ ਵਿਆਹ ਰੱਖਿਆ ਹੋਇਆ ਅਤੇ ਪਿਓ ਪੁੱਤ ਦੋਨੋਂ ਹੀ ਸਬਜ਼ੀ ਖਰੀਦਣ ਦੇ ਲਈ ਗਏ, ਜਿੱਥੇ ਉਹਨਾਂ ਨੂੰ ਇੱਕ ਟਰਾਲੇ ਨੇ ਬੁਰੀ ਤਰ੍ਹਾਂ ਕੁਚਲ ਦਿੱਤਾ, ਇਸ ਕਦਰ ਦਰੜ ਦਿੱਤਾ ਕਿ ਦੋਨਾਂ ਦੇ ਚੀਥੜੇ ਤੱਕ ਸੜਕ ਤੇ ਖਿਲਰ ਗਏ। ਘਰ ਵਿੱਚ ਧੀ ਦਾ ਵਿਆਹ ਰੱਖਿਆ ਹੋਇਆ ਹੈ ਤੇ ਧੀ ਬੜੇ ਚਾਵਾਂ ਨਾਲ ਵਿਆਹ ਦੀਆਂ ਤਿਆਰੀਆਂ ਚ ਲੱਗੀ ਹੋਈ ਹੈ। ਡੋਲੀ ਉੱਠਣੀ ਸੀ ਪਰ ਉਸ ਘਰ ਦੇ ਵਿੱਚੋਂ ਅਰਥੀਆਂ ਉੱਠ ਰਹੀਆਂ ਨੇ। ਮਾਮਲਾ ਜਲੰਧਰ ਤੋਂ ਸਾਹਮਣੇ ਆਇਆ, ਜਿੱਥੇ ਜਲੰਧਰ ਦੇ ਵਿੱਚ ਇੱਕ ਘਰ 'ਚ ਧੀ ਦਾ ਵਿਆਹ ਰੱਖਿਆ ਹੋਇਆ ਸੀ। ਪਿਓ ਤੇ ਪੁੱਤ ਦੋਵੇਂ ਹੀ ਵਿਆਹ ਦੇ ਲਈ ਸਬਜ਼ੀਆਂ ਖਰੀਦਣ ਲਈ ਮੰਡੀ ਗਏ ਤਾਂ ਮੰਡੀ ਦੇ ਵਿੱਚ ਹੀ ਇੱਕ ਟਿੱਪਰ ਨੇ ਇਹਨਾਂ ਨੂੰ ਕੁਚਲ ਦਿੱਤਾ। ਇਸ ਕਦਰ ਕੁਚਲ ਦਿੱਤਾ ਕਿ ਦੋਨਾਂ ਨੂੰ ਦਰੜਤਾ ਅਤੇ ਉਹਨਾਂ ਦੇ ਚੀਥੜੇ ਤੱਕ ਸੜਕ ਤੇ ਖਿਲਰ ਗਏ। ਦੱਸਿਆ ਜਾ ਰਿਹਾ ਕਿ ਜਦੋਂ ਇਹ ਸਬਜ਼ੀ ਲੈ ਕੇ ਪਰਤ ਰਹੇ ਸਨ ਤਾਂ ਪਹਿਲਾਂ ਤਾਂ ਟਰਾਲੇ ਦੇ ਵੱਲੋਂ ਇਹਨਾਂ ਨੂੰ ਟੱਕਰ ਮਾਰੀ ਜਾਂਦੀ ਹੈ। ਜਦੋਂ ਸਾਈਡ ਲੱਗਦੀ ਹੈ ਤਾਂ ਦੋਵੇਂ ਪਿਓ ਪੁੱਤ ਇਸ ਟਰਾਲੇ ਦੇ ਹੇਠਾਂ ਡਿੱਗ ਜਾਂਦੇ ਨੇ, ਜਿਸ ਕਰਕੇ ਟਾਇਰ ਵੀ ਇਹਨਾਂ ਦੇ ਉੱਤੋਂ ਲੰਘ ਜਾਂਦੇ ਨੇ ਅਤੇ ਇਹਨਾਂ ਦੀਆਂ ਲਾਸ਼ਾਂ ਦੇ ਚੀਥੜੇ ਸੜਕ ਤੇ ਦੂਰ ਦੂਰ ਤੱਕ ਖਿਲਰ ਜਾਂਦੇ ਨੇ। ਦੇਖਣ ਵਾਲਿਆਂ ਦੀ ਵੀ ਰੂਹ ਕੰਬ ਗਈ, ਜਿੰਨਾ ਇਹ ਖੌਫਨਾਕ ਹਾਦਸਾ ਸੀ। ਤਸਵੀਰਾਂ ਦਿਖਾਈਆਂ ਨਹੀਂ ਜਾ ਸਕਦੀਆਂ, ਬੇਹੱਦ ਖੌਫਨਾਕ ਨੇ। ਉਧਰ ਜਿਸ ਘਰ ਦੇ ਵਿੱਚ ਵਿਆਹ ਰੱਖਿਆ ਹੋਇਆ ਸੀ ਤੇ ਵਿਆਹ ਦੇ ਗੀਤ ਚੱਲ ਰਹੇ ਸੀ ਤਾਂ ਉੱਥੇ ਹੁਣ ਕੀਰਨੇ ਪੈ ਰਹੇ ਨੇ। ਧੀ ਦਾ ਹਾਲ ਦੇਖਿਆ ਨਹੀਂ ਜਾ ਰਿਹਾ, ਜਿਸ ਦੀ ਅੱਜ ਡੋਲੀ ਉੱਠਣੀ ਸੀ ਉਸ ਘਰ ਦੇ ਵਿੱਚ ਪਿਓ ਤੇ ਪੁੱਤ ਦੀ ਅਰਥੀ ਉੱਠ ਰਹੀ ਹੈ। ਉਧਰ ਪੁਲਿਸ ਨੇ ਦੱਸਿਆ ਕਿ ਟਰਾਲਾ ਚਾਲਕ ਟਰਾਲੇ ਨੂੰ ਲੌਕ ਕਰਕੇ ਮੌਕੇ ਤੋਂ ਫਰਾਰ ਹੋ ਗਿਆ, ਜਿਸ ਦੀ ਤਲਾਸ਼ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ। ਲਾਸ਼ਾਂ ਨੂੰ ਕਬਜ਼ੇ 'ਚ ਲਿਆ ਗਿਆ ਹੈ। ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਅਤੇ ਇਨਸਾਫ ਦੀ ਮੰਗ ਕਰ ਰਹੇ ਨੇ। ਗੱਲ ਕੀ ਨੀ, ਲੜਕੀ ਦੀ ਸ਼ਾਦੀ ਸੀ, ਸਬਜ਼ੀ ਲੈਣ ਆਏ ਸੀਗੇ। ਅੱਛਾ ਜੀ। ਅਸੀਂ ਇਕੱਠੇ ਹੀ ਤੁਰੇ ਆਉਂਦੇ ਸੀਗੇ ਜੀ। ਇਹ ਮੇਰੇ ਨਾਲੋਂ ਜਿੱਦਾਂ 20 ਕਰਮਾ ਪਿੱਛੇ ਜੀ, ਤੇ ਮੈਂ ਮੋਹਰੇ ਸੀਗਾ ਜੀ। ਮੈਂ ਜਿੱਦਾਂ ਇੱਥੇ ਆ ਕੇ ਮੈਂ ਪਿੱਛਾ ਮੁੜ ਕੇ ਨਹੀਂ ਦੇਖਿਆ, ਮੈਂ ਤੁਰਿਆ ਜਾਣਾ ਆਪਦੇ ਧਿਆਨ ਦਿੱਤਾ। ਅੱਛਾ ਜੀ। ਮੋਹਰੇ ਵੀ ਦੇਖਣਾ ਹੁੰਦਾ ਇੱਧਰੋਂ ਵੀ ਗੱਡੀ ਆਵੇ, ਮੈਂ ਆਪਦੇ ਧਿਆਨ ਤੁਰਿਆ ਜਾਂਦਾ ਜੀ। ਜਦੋਂ ਮੈਂ ਪਿੱਛੇ ਨਾ ਜਾ ਕੇ ਮੀਡੀਆ ਸਵਾਲ ਜਾਂ ਫੋਨ ਦਿੱਤਾ ਜਾ ਕੇ, ਮੈਂ ਪਿੱਛੇ ਆਏ ਨਹੀਂ, ਮਗਰ ਪਿੱਛੇ ਰਹਿ ਗਿਆ। ਫੋਨ ਕੀਤਾ, ਫੋਨ ਚੱਕ ਨਹੀਂ ਹੋਇਆ ਜੀ। 4-5 ਵਾਰੀ ਮੈਂ ਫੋਨ ਲਾਇਆ। ਅੱਛਾ ਜੀ। ਫਿਰ ਮੈਂ ਪਿੰਡ ਲਾਇਆ, ਮੈਂ ਕਿਹਾ ਵੀ ਫੋਨ ਨਹੀਂ ਚੱਕਣ ਰਹੇ, ਉਹਨਾਂ ਦਾ ਨੰਬਰ ਹੋਰ ਵੀ ਕੋਈ ਹੈਗਾ ਅਤੇ ਜਾਂ ਉਹੀ ਨੰਬਰ ਜੀ। ਜਦੋਂ ਮੈਂ ਪਿੱਛੇ ਆ ਕੇ ਹੌਲੀ ਹੌਲੀ ਮੈਂ ਆਉਣਾ ਆ, ਦੂਸਰਾ ਜਾਂਦਾ ਵੀ ਕਿਸੇ ਦੇ ਵਿੱਚ ਨਹੀਂ ਵੱਜ ਬੁੱਝ ਗਏ ਇਹ। ਅੱਛਾ ਜੀ। ਜਦੋਂ ਮੈਂ ਉੱਥੋਂ ਪਤਾ ਲੱਗਾ ਤਾਂ ਫਿਰ ਮੈਂ ਇੱਥੇ ਆ ਗਿਆ। ਕੀ ਨਾਮ ਸੀ ਇਹਨਾਂ ਦਾ ਤੁਹਾਡੇ ਕੀ ਲੱਗਦੇ ਸੀ? ਮੇਰਾ ਘਰਵਾਲੀ ਦਾ ਭਰਾ ਸੀਗਾ, ਘਰਵਾਲੀ ਦਾ ਭਤੀਜਾ। ਠੀਕ ਹੈ। ਕੀ ਨਾਮ ਇਹਨਾਂ? ਇਹ ਪੋਤੀ ਸੀ ਤੁਹਾਨੂੰ? ਇੱਕ ਜਸਵੀਰ ਲਾਲ ਸੀਗਾ। ਅੱਛਾ ਜੀ। ਇੱਕ ਮੁੰਡੇ ਦਾ ਨਾਂ ਇਹਦੇ ਦਾ ਕਰਮਨ ਸੀ ਜੀ। ਅਤੇ ਹੁਣ ਜਾ ਕੇ ਤੁਰੇ ਸੀ, ਸਬਜ਼ੀ ਲੈਣ ਜਾ ਰਿਹਾ ਸੀ ਮੰਡੀ ਨੂੰ। ਅਤੇ ਕਿੱਥੇ ਰਹਿਣ ਵਾਲੇ? ਜਿਹੜਾ ਪਿੰਡ ਦੇ ਮਾਮਲਾ ਇਹ ਟਰਾਲਾ ਹੁੰਦਾ ਪਿਆ ਨਕੋਦਰ ਸਾਈਡ ਤੋਂ ਜੀ। ਅਤੇ ਇਹ ਮੁੰਡੇ ਜਾਂਦੇ ਇਹਨਾਂ ਦੇ ਘਰ ਵਿਆਹ ਸੀਗਾ, ਸਬਜ਼ੀ ਲੈਣ ਜਾ ਰਹੇ ਸੀਗੇ ਜੀ। ਅਤੇ ਕੂੜੇ ਵਾਲੇ ਡੰਪ ਦੇ ਲਾਗੇ ਅਤੇ ਟਰਾਲੇ ਦੀ ਸਾਈਡ ਵਿੱਚ ਇਹਨਾਂ ਨੂੰ, ਅਤੇ ਇਹ ਡਿੱਗ ਅੰਦਰ ਨੂੰ ਪਏ ਨੇ ਅਤੇ ਇਹਨਾਂ ਦੋਸਤਾਂ ਦੇ ਟਰਾਲੇ ਟਾਇਰ ਲਾਂਗੇ। ਅੱਛਾ ਜੀ। ਦੋਨੋਂ ਜਸਵੀਰ ਸਿੰਘ ਪੁੱਤਰ ਸੋਹਣ ਸਿੰਘ ਜੀ, ਜਸਵੀਰ ਪੁੱਤਰ ਸੋਹਣ ਵਾਸੀ ਪਿੰਡ ਖੇਰਾ ਨਮੋਦਰ ਜੀ, ਅਤੇ ਕਰਮਨ ਹੈ ਮੁੰਡਾ ਜੀ, ਸਬਜ਼ੀ ਲੈਣ ਜਾ ਰਹੇ ਸੀ। ਅੱਛਾ
ਜੀਜਾ ਉਹ ਵੀ ਨਾਲ ਸੀਗਾ, ਉਹਨਾਂ ਦਾ ਬਚਾਅ ਹੋ ਗਿਆ, ਪਿੱਛੇ ਸੀਗੇ ਦੂਸਰੇ ਅਲੱਗ ਮੁੱਠਾ ਦੇ ਉੱਤੇ, ਅੱਛਾ ਜੀ, ਤਾਂ ਕਰਕੇ ਉਹਨਾਂ ਦਾ ਪਿੱਛੇ ਆ ਰਿਹਾ ਸੀਗਾ, ਉਹਦੇ ਕਰਕੇ ਉਹਦਾ ਬਚਾਅ ਹੋ ਗਿਆ। ਅੱਛਾ ਜੀ, ਇਹ ਫੇਟ ਬੱਚੇ ਦੇ ਨਾਲ ਅੰਦਰ ਨੂੰ ਲਿਖਦੇ ਉੱਤੇ ਟਰਾਲਾ ਨਿਕਲਦੇ ਨਾਲ ਜੀ ਬਹੁਤ ਬੁਰੀ ਤਰ੍ਹਾਂ ਬੰਦਾ ਫੜਿਆ ਗਿਆ, ਟਰਾਲਾ ਜਿਹੜਾ ਸੀਗਾ ਟਰਾਲਾ ਤੇ ਘੇਰ ਲਿਆ ਗਿਆ ਤੇ ਟਰਾਲੇ ਨੂੰ ਡਰਾਈਵਰ ਜਿਹੜਾ ਉਹ ਲੌਕ ਕਰਕੇ ਦੌੜ ਗਿਆ। ਅੱਛਾ ਜੀ, ਹਾਂਜੀ, ਟਰਾਲਾ ਕੰਪਲੀਟ ਆ। ਸਰ ਗੱਡੀ ਨੰਬਰ ਦੱਸ ਸਕਦੇ ਹੋ? ਟਰਾਲਾ ਹੈਗਾ PV33E, ਨਹੀਂ ਮੋਟਰਸਾਈਕਲ ਦਾ ਨੰਬਰ PV33E2186 ਜਿਹੜੇ ਦੇ ਸਵਾਰ ਸੀਗੇ। ਠੀਕ ਹੈ ਸਰ। ਅਤੇ ਟਰਾਲੇ ਦਾ ਨੰਬਰ ਹੈਗਾ PV03AJ9055, ਟਾਟਾ ਦਾ ਟਰਾਲਾ। ਸੀਟੀ ਸੀ ਵਗੈਰਾ ਕੋਈ ਖੰਗਾਲੀ ਗਈ ਸਰ? ਸੀਟੀ ਫੁੱਟੇ ਅੱਗੇ ਘੇਰਿਆ ਨੂੰ ਜਾ ਕੇ। ਅੱਛਾ ਜੀ, ਆਪਣੀ ਸੀਟ 'ਤੇ ਲੱਗ ਗਏ। ਅੱਛਾ ਜੀ, ਕਿੰਨੇ ਕੁ ਵਜੇ ਦੀ ਘਟਨਾ ਸਰ? ਹਾਂਜੀ, ਕਿੰਨੇ ਕੁ ਵਜੇ ਦੀ ਘਟਨਾ ਹੋਈ ਹੈ ਜੀ? ਅਤੇ ਐਸਟੀਮੇਟ 6:30 ਦਾ ਵਾਕਿਆ ਸਾਨੂੰ ਜਦੋਂ ਇਨਫੋਰਮੇਸ਼ਨ ਮਿਲੀ ਹੈ। ਸਰ ਕਿਹੜੀ ਜਗ੍ਹਾ ਦਾ ਸੀਗਾ ਇਹ? ਇਹ ਟੀ ਪੁਆਇੰਟ ਬਣਦਾ ਜੀ, ਲਿੰਕ ਰੋਡ ਟੀ ਪੁਆਇੰਟ ਆਬਾਦਪੁਰਾ ਜਲੰਧਰ। ਸਰ ਕਿਹੜਾ ਥਾਣਾ ਕਿਹੜਾ ਪੈਂਦਾ? ਥਾਣਾ ਭਾਰਗੋ ਪੈਂਦਾ।